ਟੂਰਿਸਟ ਵੀਜ਼ਾ ਦੀ ਗੱਲ ਕਰਨ ਜਾ ਰਹੇ ਹਾਂ ਚਾਹੇ ਕਿ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਕਿਸੇ ਵੀ ਕੰਟਰੀ ਦਾ ਤੁਸੀਂ ਟੂਰਿਸਟ ਵੀਜ਼ਾ ਚਾਹੁੰਦੇ ਹੋ ਤਾਂ ਉਸ ਨੂੰ ਲੈ ਕੇ ਵੀ ਅੱਜ ਤੁਹਾਨੂੰ ਕਾਫੀ ਅੱਛੇ ਪੁਆਇੰਟ ਦੱਸਣ ਜਾ ਰਹੇ ਹਾਂ ਤਾਂ ਕਿ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਟੂਰਿਸਟ ਵੀਜ਼ਾ ਲਈ ਉਹਨਾਂ ਨੂੰ ਵੀ ਪਤਾ ਹੋਵੇ ਕਿ ਚਾਹੇ ਆਪਾਂ ਗੱਲ ਫੰਡਸ ਦੀ ਕਰ ਲਈਏ ਆਈਟੀਆਰ ਦੀ ਕਰ ਲਈਏ ਜਾਂ ਇੱਕ ਰੀਜ਼ਨ ਕਿ ਕਿਉਂ ਤੁਸੀਂ ਜਾਣਾ ਹੈ ਇਹ ਕਿੰਨਾ ਕੋ ਖਾਸ ਹੈ ਔਰ ਕਿਵੇਂ ਤੁਸੀਂ ਆਪਣੀ ਫਾਈਲ ਨੂੰ ਪ੍ਰੈਜ਼ੈਂਟ ਕਰਨਾ ਹੈ ਅਗਰ ਤੁਸੀਂ ਟੂਰਿਸਟ ਵੀਜ਼ਾ ਤੇ ਜਾਣਾ ਚਾਹੁੰਦੇ ਹੋ ਸੋ ਪੂਰੀ ਵੀਡੀਓ ਧਿਆਨ ਨਾਲ ਜ਼ਰੂਰ ਵੇਖਣਾ ਤੇ ਸੁਣਨਾ ਸਵਾਗਤ ਹੈ ਜੀ ਸ ਔਰ ਡਿਟੇਲ ਵਿੱਚ ਟੂਰਿਸਟ ਵੀਜ਼ਾ ਦੇ ਉੱਪਰ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਬੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਮੈਮ ਹਮੇਸ਼ਾ ਤੁਸੀਂ ਸਟੱਡੀ ਵੀਜ਼ਾ ਨੂੰ ਲੈ ਕੇ ਸਟੂਡੈਂਟਸ ਨੂੰ ਗਾਈਡ ਕਰ ਦਿਓ ਔਰ ਅੱਜ ਜੋ ਹੈ ਟੂਰਿਸਟ ਵੀਜ਼ਾ ਦੇ ਉੱਪਰ ਆਪਾਂ ਵੀਡੀਓ ਇਸੇ ਲਈ ਬਣਾ ਰਹੇ ਹਾਂ ਕਿਉਂਕਿ ਟੂਰਿਸਟ ਵੀਜ਼ਾ ਦੇ ਉੱਪਰ ਵੀ ਬਹੁਤ ਸਾਰੇ ਸਵਾਲ ਜ਼ਰੂਰ ਆਏ ਹੋਏ ਨੇ ਕਿ ਕਿਹੜੀ ਕਿਹੜੀ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਰੀਜ਼ਨ ਦੀ ਗੱਲ ਆਪਾਂ ਕਰੀਏ ਜਾਣਾ ਹੈ ਉਹਦੇ ਚ ਆਪਾਂ ਮੈਂਸ਼ਨ ਕਰਨਾ ਹੈ ਕੀ ਮੈਂਸ਼ਨ ਕਰਨਾ ਚਾਹੀਦਾ ਕਦੋਂ ਸਹੀ ਟਾਈਮ ਹੁੰਦਾ ਅਪਲਾਈ ਕਰਨ ਨੂੰ ਲੈ ਕੇ ਆਈਟੀਆਰ ਤੇ ਫੰਡਸ ਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਨੇ ਕਿ ਕਿਵੇਂ ਸਾਨੂੰ ਸਹੀ ਢੰਗ ਨਾਲ ਅਪਲਾਈ ਕਰਨਾ ਚਾਹੀਦਾ ਓਵਰਆਲ ਜ਼ਰੂਰ ਇੱਕ ਇੱਕ ਪੁਆਇੰ ਹਰਜੋਤ ਇਹ ਥੈਂਕ ਯੂ ਤੁਹਾਡਾ ਕਿ ਤੁਸੀਂ ਇਸ ਪਲੈਟਫਾਰਮ ਦੇ ਰਾਹੀਂ ਮੌਕਾ ਦਿੱਤਾ ਜੀ ਕਲਾਇੰਟਸ ਨਾਲ ਗੱਲ ਕਰਨ ਦਾ ਜਿਆਦਾਤਰ ਜਿਹੜਾ ਕੈਂਡੀਡੇਟਸ ਆ ਅਪਲਾਈ ਅੱਧਰ-ਉੱਧਰ ਕਰ ਲੈਂਦੇ ਟੂਰਿਸਟ ਵੀਜ਼ਾ ਔਰ ਉਹਨਾਂ ਦੀ ਰਿਜੈਕਸ਼ਨ ਅਸੀਂ ਬਹੁਤ ਦੇਖੀ ਆ ਜੀ ਤੁਸੀਂ ਮੈਨੂੰ ਕਹੋਗੇ ਕਿ ਰਿਜੈਕਸ਼ਨ ਦੇ ਮਾਹਿਰ ਡਾਕਟਰ ਆਈ ਕੈਨ ਐਕਸੈਪਟ ਕਿਉਂਕਿ ਬਹੁਤ ਇੱਦਾਂ-ਇੱਦਾਂ ਦੇ ਕੇਸ ਕੱਡੇ ਆ ਜਿਨ੍ਹਾਂ ਦੀ ਰਿਜੈਕਸ਼ਨ ਸੀ ਉਹਨਾਂ ਨੂੰ ਅਸੀਂ ਠੀਕ ਕੀਤਾ ਓਕੇ ਠੀਕ ਹੈ ਟੂਰਿਸਟ ਵੀਜ਼ਾ ਦੇ ਵਿੱਚ ਜਿਹੜਾ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਾਂ ਉੱਥੇ ਟੂਰਿਸਟ ਵੀਜ਼ਾ ਤੇ ਜਾ ਰਹੇ ਹਾਂ ਮਤਲਬ ਘੁੰਮਣ ਫੇਰਨ ਜਾ ਰਹੇ ਹਾਂ ਠੀਕ ਹੈ ਉਹਨ ਜਿਹੜਾ ਆਪਾਂ ਜੇ ਘੁੰਮਣ ਫੇਰਨ ਜਾ ਰਹੇ ਹਾਂ ਤੇ ਆਪਣੇ ਕੋਲ ਅੰਬੈਸੀ ਨੂੰ ਪਤਾ ਹੈ ਕਿ ਵੀਜ਼ਾ ਕਿਉਂ ਦੇਣਾ ਹੈ ਬਿਕੋਜ਼ ਤੁਸੀਂ ਉੱਥੇ ਟੂਰਿਜ਼ਮ ਪਰਪਸ ਵਾਸਤੇ ਜਾ ਰਹੇ ਹੋ ਜਾਂ ਸਪான்ਸਰਡ ਵੀਜ਼ੇ ਤੇ ਜਾ ਰਹੇ ਹੋ ਤੁਹਾਡਾ ਰਿਲੇਟਿਵ ਸਪான்ਸਰ ਕਰ ਰਿਹਾ ਹੈ ਜਾਂ ਬਿਜ਼ਨਸ ਵੀਜ਼ਾ ਕੋਈ ਬਿਜ਼ਨਸ ਮੀਟਿੰਗ ਤਿੰਨ ਚੀਜ਼ਾਂ ਹੁੰਦੀਆਂ ਹੁਣ ਜੇ ਬਿਜ਼ਨਸ ਵੀਜ਼ਾ ਤੇ ਜਾ ਰਹੇ ਹੋ ਤੁਹਾਡੇ ਸਾਰੇ ਬਿਜ਼ਨਸ ਦੇ ਪੇਪਰ ਲੱਗਦੇ ਆ ਜੇ ਟੂਰਿਜ਼ਮ 베ਸ ਜਾ ਰਹੇ ਹੋ ਤੁਹਾਡੇ ਫਾਈਨੈਂਸ਼ੀਅਲ ਇੰਨਾ ਅੱਛਾ ਹੋਣਾ ਚਾਹੀਦਾ ਕਿ ਤੁਹਾਡੇ ਕੋਲ ਮਤਲਬ ਪੂਰਾ ਘੁੰਮਣ ਫਿਰਨ ਦਾ ਇੰਨੀ ਆਪਣੀ ਕੈਪੈਸਿਟੀ ਹੈ ਫਾਈਨੈਂਸ਼ੀਅਲੀ ਆਪਾਂ ਇੰਨੇ ਸਾਊਂਡ ਔਰ ਜੇ ਆਪਣਾ ਉਧਰ ਕੋਈ ਰਿਲੇਟਿਵ ਸਪான்ਸਰ ਕਰ ਰਿਹਾ ਉਹਦੇ ਇਨਵੀਟੇਸ਼ਨ ਆਏਗਾ ਫਿਰ ਵੀ ਆਪਣੇ ਪੇਪਰ ਇੱਧਰ ਸਟਰੋਂਗ ਹੋਣੇ ਚਾਹੀਦੇ ਆ ਕਿਉਂਕਿ ਆਪਾਂ ਜਿਹੜਾ ਵਾਪਸ ਆਣਾ ਹੈ ਆਪਣੀ ਕਮਿਟਮੈਂਟ ਹੋਣੀ ਚਾਹੀਦੀ ਹੈ ਆਪਣੀ ਕੰਟਰੀ ਨਾਲ ਜੇ ਗਵਰਨਮੈਂਟ ਜੌਬ ਹੈ ਉਹ ਹੀ ਕਮਿਟਮੈਂਟ ਹੈ ਬੱਚੇ ਅੱਧਰ ਹੈ ਉਹ ਵੀ ਕਮਿਟਮੈਂਟ ਹੈ ਆਪਣੀ ਪ੍ਰਾਪਰਟੀ ਅੱਛੀ ਹੈ ਉਹ ਵੀ ਬਹੁਤ ਬੜੀ ਕਮਿਟਮੈਂਟ ਹੈ ਇਦਾਂ ਦੀ ਚੀਜ਼ਾਂ ਦੇਖਣੀ ਪੈਂਦੀਆਂ ਕਿ ਜਿਹੜਾ ਐਮਬੈਸੀ ਸੈਟੀਸਫਾਈ ਹੋਏ ਕਿ ਇਹ ਜਿਹੜਾ ਬੰਦਾ ਜਾ ਰਿਹਾ ਹੈ ਇਹ ਵਾਪਸ ਜ਼ਰੂਰ ਆਏਗਾ ਉਹਨਾਂ ਨੇ ਇਹ ਕਨਵਿੰਸ ਹੋਣਾ ਫੇਅਰ ਟੂਰਿਸਟ ਵੀਜ਼ਾ ਦਿੰਦੇ ਆ ਹੁਣ ਟੂਰਿਸਟ ਵੀਜ਼ਾ ਦੇ ਵਿੱਚ ਡਾਕੂਮੈਂਟਸ ਕਿਹੜੇ ਚਾਹੀਦੇ ਜਨਰਲ ਮੈਂ ਸਾਰੀਆਂ ਕੰਟਰੀਆਂ ਦਾ ਦੱਸ ਰਹੀ ਆ ਇੱਕ ਸਪੈਸੀਫਿਕ ਕੰਟਰੀ ਦੀ ਨਹੀਂ ਚਾਹੇ ਉਹ ਕੈਨੇਡਾ ਹੋਏ ਚਾਹੇ ਆਸਟ੍ਰੇਲੀਆ ਹੋਏ ਥੋੜਾ ਥੋੜਾ ਅਲੱਗ ਸਾਰਾ ਰਹੇਗਾ ਠੀਕ ਹੈ ਜਨਰਲ ਮੈਂ ਪਹਿਲੇ ਦੱਸ ਦਿੰਨੀ ਆ ਤੁਹਾਡੇ ਇਨਕਮ ਟੈਕਸਰ ਰਿਟਰਨ ਜ਼ਰੂਰ ਲੱਗਣਗੇ ਤੁਹਾਡੇ ਪ੍ਰਾਪਰਟੀ ਦੇ ਪੇਪਰ ਜ਼ਰੂਰ ਲੱਗਣਗੇ ਤੁਹਾਡੇ ਬੈਂਕ ਦੇ ਵਿੱਚ ਫਾਈਨੈਂਸ਼ੀਅਲਸ ਹੈ ਉਹ ਜ਼ਰੂਰ ਲੱਗਣਗੇ ਉਹਨਾਂ ਦਾ ਸਰਕੂਲੇਸ਼ਨ ਕੀ ਹੈ ਕਿੰਨੇ ਟਾਈਮ ਤੋਂ ਰੱਖੇ ਹੈ ਮਤਲਬ ਤੁਹਾਡੇ ਕੋਲ ਇੰਨੀ ਕੈਪੈਸਿਟੀ ਇਹ ਤੇ ਨਹੀਂ ਫੜ ਕੇ ਬਸ ਅੱਜ ਪਾਤ ਤੇ ਇਹ ਮਤਲਬ ਬਹੁਤ ਸਾਰੀ ਚੀਜ਼ਾਂ ਹੈ ਇਹ ਮੇਨ ਮੇਨ ਪੁਆਇੰਟ ਦੱਸ ਰਹੀਆਂ ਮੈਂ ਤੁਹਾਨੂੰ ਕਿਉਂਕਿ ਟੂਰਿਸਟ ਵੀਜ਼ਾ ਹਮੇਸ਼ਾ ਟੈਕਨੀਕਲ ਹੁੰਦਾ ਹੈ ਉਹਦੇ ਵਿੱਚ ਬਹੁਤ ਜ਼ਤ ਕਲਾਇੰਟ ਆਂਦਾ ਉਹਦੀ ਏਜ ਦੇ ਹਿਸਾਬ ਨਾਲ ਉਹਦੇ ਡਾਕੂਮੈਂਟਸ ਦੇ ਹਿਸਾਬ ਨਾਲ ਸਾਨੂੰ ਬਹੁਤ ਕੁਝ ਦੇਖਣਾ ਪੈਂਦਾ ਹੈ ਬੱਚੇ ਜਿਹੜੇ ਗਏ ਆ ਉਹਨਾਂ ਦੇ ਪੇਰੈਂਟਸ ਨੂੰ ਬਹੁਤ ਸੌਖਾ ਵੀਜ਼ਾ ਮਿਲਦਾ ਹੈ ਕਿਉਂਕਿ ਆਲਰੇਡੀ ਬੱਚੇ ਉੱਥੇ ਪੜ੍ਹ ਰਹੇ ਆ ਉਹਨਾਂ ਦਾ ਵੀਜ਼ਾ ਆਲਮੋਸਟ ਲੱਗਿਆ ਹੁੰਦਾ ਬਸ ਤੁਸੀਂ ਜਿਹੜਾ ਆਪਣੇ ਪੇਪਰ ਉਹਨਾਂ ਦੇ ਫਾਈਨੈਂਸ਼ੀਅਲ ਘਟ ਵੀ ਚੱਲ ਜਾਣਗੇ ਕਿਉਂਕਿ ਬੱਚੇ ਦਾ ਟਾਈਮ ਉਹਨਾਂ ਨੇ ਕਾਫੀ ਪੇਪਰ ਦਿਖਾਏ ਆ ਲੇਕਿਨ ਜਿਹੜੇ ਟੂਰਿਜ਼ਮ ਵਾਸਤੇ ਆ ਜਾਂ ਸਪான்ਸਰਡ ਵੀਜ਼ੇ ਵਾਸਤੇ ਉਹਨਾਂ ਦੇ ਪੇਪਰ ਜ਼ਿਆਦਾ ਜਾਣਗੇ ਇਸ ਕਰਕੇ ਜਦ ਵੀ ਟੂਰਿਸਟ ਵੀਜ਼ਾ ਅਪਲਾਈ ਕਰੋ ਮਾਹਿਰ ਸਲਾਹਕਾਰ ਕੋਲ ਅਪਲਾਈ ਕਰਨਾ ਚਾਹੀਦਾ ਜਿਨ੍ਹਾਂ ਨੂੰ ਇਸ ਚੀਜ਼ ਦੀ ਪੂਰੀ ਨੌਲੇਜ ਹੋਵੇ ਇਹ ਨਹੀਂ ਕਿ ਤੁਸੀਂ ਫਾਈਲ ਦੀ ਆਪਣੀ ਟਰਾਈ ਮਰਵਾ ਲਈ ਔਰ ਜੇ ਟਰਾਈ ਇੱਕ ਵਾਰੀ ਮਾਰੀ ਗਲਤ ਪੇਪਰ ਲੱਗ ਗਏ ਫਿਰ ਤੁਹਾਡਾ ਨੈਕਸਟ ਟਾਈਮ ਵੀਜ਼ਾ ਲੈਣਾ ਮੁਸ਼ਕਲ ਹੋ ਜਾਂਦਾ बिल्कुल बिल्कुल इसलिए अभी जो है इस वीडियो के जरिए पूरी माहिर सलाह थोड़े नाझी करवाई क्योंकि नैविगेट ओवरसीज जो है तकरीबन सताई अठाई हाँ साल तो इस फील्ड में काम और, आ, कर रहे हैं और स्टडी वीज़ा ले तो स्टूडेंट्स गाइड करते ही ने टूरिस्ट वीज़ा के उपर भी बहुत चंगे ढंग काम करते हैं फाइल के उपर काम किया जाता और ढेरों ही फाइल का जो है टूरिस्ट वीज़ा भी लगवा के दता गया सो तुम्हें भी अगर टूरिस्ट वीज़ा जाना चाहते हो तो जरूर जो है जोड़ा नंबर डिस्प्ले नैविगेट ओवरसीज़ है इस उपर कॉल कर सदी भी दस दईए ਜਿਹੜੇ ਸਟੂਡੈਂਟਸ ਅਪਲਾਈ ਕਰਨਾ ਚਾਹੁੰਦੇ ਨੇ ਸਟੱਡੀ ਵੀਜ਼ਾ ਦੇ ਲਈ ਤਾਂ ਉਹਨਾਂ ਨੂੰ ਫ੍ਰੀ ਕੋਚਿੰਗ ਆਇਲਸ ਦੀ ਵੀ ਪੀਟੀ ਦੀ ਦਿੱਤੀ ਜਾਂਦੀ ਹੈ ਨੈਵੀਗੇਟਰਸ ਓਵਰਸੀਜ਼ ਵੱਲੋਂ ਜੇਕਰ ਤੁਸੀਂ ਨੈਵੀਗੇਟਰਸ ਓਵਰਸੀਜ਼ ਤੋਂ ਫਾਈਲ ਵੀ ਲਗਵਾ ਰਹੇ ਹੋ ਨਾਲ ਤਾਂ ਪੂਰੀ ਇਨਫੋਰਮੇਸ਼ਨ ਪੂਰੀ ਚੀਜ਼ਾਂ ਨੂੰ ਸਮਝੋ ਜ਼ਰੂਰ ਤਾਂ ਉਸ ਦੇ ਲਈ ਕਾਲ ਵੀ ਕਰ ਸਕਦੇ ਹੋ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵਿਜ਼ਿਟ ਵੀ ਕਰ ਸਕਦੇ ਹੋ ਤਾਂ ਕਿ ਫ੍ਰੀ ਕੋਚਿੰਗ ਬਾਰੇ ਵੀ ਤੁਸੀਂ ਸਮਝ ਸਕੋ ਅਪਲਾਈ ਕਰਨਾ ਹੈ ਅਗਰ ਕਿਸੇ ਵੀ ਕੰਟਰੀ ਲਈ ਉਸ ਦੇ ਲਈ ਕੋਰਸੇ ਲਈ ਔਰ ਪੂਰੇ ਪ੍ਰੋਸੀਜਰ ਨੂੰ ਤੁਸੀਂ ਸਹੀ ਢੰਗ ਨਾਲ ਸਮਝ ਸਕੋ ਡਾਕੂਮੈਂਟ ਜ਼ਰੂਰ ਲੈ ਕੇ ਆਇਓ ਤਾਂ ਕਿ ਅਸੈਸਮੈਂਟ ਵੀ ਨੂੰ ਰਾਈਟ অপਸ਼ਨਸ ਜੋ ਹੈ ਗਾਈਡ ਵੀ ਕੀਤੀਆਂ ਜਾ ਸਕਣ ਬਹੁਤ ਬਹੁਤ ਥੈਂਕਸ ਮੈਮ ਅੱਜ ਤੁਸੀਂ ਟੂਰਿਸਟ ਵੀਜ਼ਾ ਨੂੰ ਲੈ ਕੇ ਬੜੇ ਹੀ ਖਾਸ ਪੁਆਇੰਟਸ ਜੋ ਹੈ ਸਾਂਝੇ ਕੀਤੇ ਨੇ ਇਸ ਵੀਡੀਓ ਦੇ ਜ਼ਰੀਏ ਅਗੋ ਵੀ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ so much ਥੈਂਕ ਯੂ